लागू हो गया हैगा ਤੇ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਗਰੀਗੀਅਰਡ ਹੈਗਾ ਫੇਅਰ ਐਂਡ ਫ੍ਰੀ ਇਲੈਕਸ਼ਨ ਵਾਸਤੇ ਤੇ ਮੇਰੀ ਲੋਕਾਂ ਨੂੰ ਅਪੀਲ ਹੈਗੀ ਕਿ ਵੱਧ ਤੋਂ ਵੱਧ ਆਪਾਂ ਵੋਟ ਪਾਈਏ ਮੈਕਸਿਮਮ ਟਰਨ ਆਊਟ ਰੇਸ਼ੋ ਲੈ ਕੇ ਆਈਏ ਆਪਣੇ ਵੋਟ ਦਾ ਆਪਾਂ ਉਪਯੋਗ ਕਰੀਏ ਇਹਦੇ ਨਾਲ ਹੀ ਨਾਲ ਸਾਰਾ ਜਿਹੜਾ ਚੋਣ ਕਮਿਸ਼ਨ ਨੇ ਸ਼ਡਿਊਲ ਦਿੱਤਾ ਹੈਗਾ ਤੇ ਉਹਦੇ ਮੁਤਾਬਿਕ ਜਿੰਨੀ ਵੀ ਟੀਮਸ ਦਾ ਕਨਸਟੀਟਿਊਸ਼ਨ ਹੈਗਾ ਉਹਨਾਂ ਦੀ ਟ੍ਰੇਨਿੰਗ ਸਾਡੀ ਪੂਰੀ ਤਿਆਰੀ ਹੈਗੀ ਐਕਸਪੈਂਡੀਚਰ ਤੋਂ ਮੋਨੀਟਰਿੰਗ ਤੋਂ ਲੈ ਕੇ ਮੂਵਮੈਂਟ ਵਾਸਤੇ ਸੀਜ਼ਰ ਵਾਸਤੇ ਕੈਸ਼ ਲਿਕਰ ਆਲ ਟੀਮਸ ਆਰ ਇਨ ਪਲੇਸ ਅਸੀਂ ਫਲਾਇੰਗ ਸਕੁਐਡਸ ਬਣਾਈਆਂ ਹੈਗੀ SST VST ਸਟੇਟ ਸਟੇਟ ਨਾਕਾਜ਼ ਇੰਟਰ ਡਿਸਟ੍ਰਿਕਟ ਨਾਕਾਜ਼ ਸਾਡੇ ਐਕਟੀਵੇਟ ਹੋ ਜਾਣੇ ਹੈਗੇ ਤੇ ਸਾਰਿਆਂ ਵਾਸਤੇ ਅਸੀਂ ਜਿਹੜਾ ਕੰਪਲੇਂਟ ਸੈੱਲ ਹੈਗਾ ਉਹ ਕੀਤਾ ਹੈਗਾ ਕੋਈ ਵੀ ਇਲੈਕਸ਼ਨ ਰਿਲੇਟਡ ਕੰਪਲੇਂਟ ਹੈ ਤਾਂ ਨੰਬਰ ਟੋਲ ਫ੍ਰੀ 1950 ਸਾਰਿਆਂ ਵਾਸਤੇ ਹੈਗਾ ਸੀ ਵਿਜ਼ਿਲ ਐਪ ਕਰਕੇ ਤੇ NGRS ਪੋਰਟਲ 'ਚ ਵੀ ਕੰਪਲੇਂਟ ਕਰ ਸਕਦੇ ਹੋ 24/7 ਇਹ ਨੰਬਰਸ ਤੇ ਪੋਰਟਲਸ ਚੱਲਦੇ ਹੈਗੇ ਜਿਹਦੇ 'ਚ ਸਾਡੀ ਟੀਮਾਂ ਗਠਿਤ ਕੀਤੀਆਂ ਹੋਈਆਂ ਜਿਹੜੀ ਬਹਿੰਦੀ ਹੈਗੀ ਜੋ ਸਕਰੂਟਨੀ ਕਰਕੇ ਉਹਨਾਂ ਦਾ ਰੈਜ਼ੋਲੂਸ਼ਨ ਬਿਲਕੁਲ 24 ਘੰਟਿਆਂ 'ਚ ਕਰਦੀ ਹੈਗੀ ਔਰ ਅਗਰ ਕੋਈ ਸੈਂਸਿਟਿਵ ਹੈ ਤਾਂ ਐਸ ਸੂਨ ਐਸ ਪੋਸੀਬਲ ਉਹਨੂੰ ਡਿਸਪੋਜ਼ਲ ਕੀਤਾ ਜਾਂਦਾ ਹੈਗਾ ਤਾਂ ਇਸ ਦੇ ਨਾਲ ਮੈਂ ਅਪੀਲ ਕਰਦੀ ਹਾਂ ਸਾਰੇ ਲੋਕਾਂ ਨੂੰ ਪੋਲੀਟੀਕਲ ਪਾਰਟੀਜ਼ ਨੂੰ ਕਿ ਜਿਹੜਾ ਆਦਰਸ਼ ਚੋਣ ਜ਼ਾਬਤਾ ਲੱਗਿਆ ਹੈਗਾ ਉਹਦੀ ਸਖਤੀ ਨਾਲ ਪਾਲਣਾ ਕੀਤੀ ਜਾਣ ਜਿਹੜੇ ਸਾਡੇ ਐਗਜ਼ਿਸਟਿੰਗ ਰੂਲਸ ਲਾਜ਼ ਹੈ ਉਹਨਾਂ ਨੂੰ ਅਬਾਈਡ ਕੀਤਾ ਜਾਣ ਤੇ ਕਿਸੇ ਵੀ ਅਫਵਾਹ ਸੋਸ਼ਲ ਮੀਡੀਆ ਜਾਂ ਕੋਈ ਵੀ ਗਲਤ ਇਨਫੋਰਮੇਸ਼ਨ ਕੋਈ ਹਰਟਿੰਗ ਇਨਫੋਰਮੇਸ਼ਨ ਕਿਸੇ ਦਾ ਰਿਲੀਜੀਅਸ ਸੈਂਟੀਮੈਂਟ ਆਦਿ ਦਾ ਉਪਯੋਗ ਨਾ ਕੀਤਾ ਜਾਣ ਲੋਕ ਸਭਾ ਲਗਭਗ 17.5 ਲੱਖ ਵੋਟਰ ਬਣਦੇ ਹੈਗੇ ਕਿਉਂਕਿ ਇਹ ਹਲਕਾ 9 ਅਸੈਂਬਲੀ ਕੰਸਟੀਟੂਐਂਸੀ 'ਚ 4 ਜ਼ਿਲ੍ਹਿਆਂ 'ਚ ਐਕਸਟੈਂਡ ਕਰਦਾ ਹੈਗਾ 8,000 ਦੇ ਕਰੀਬ ਸਾਡੇ ਸਰਵਿਸ ਵੋਟਰਸ ਹੈਗੇ ਸਾਡੇ 2,000 ਦੇ ਕਰੀਬ ਬੂਥਸ ਹੈਗੇ ਜਿਹਦੇ ਵਿੱਚੋਂ ਪੋਲਿੰਗ ਲੋਕੇਸ਼ਨਸ 1400 ਹੈ ਇਹ ਖਾਸ ਖਾਸ ਇਹਦੇ ਵਾਸਤੇ ਆਮ ਲੋਕਾਂ ਵਾਸਤੇ ਇਹੀ ਹੈਗਾ ਸਭ ਤੋਂ ਪਹਿਲਾਂ ਤਾਂ ਕਿ ਜੀ ਅਫਵਾਹਾਂ ਕਿਸੇ ਤਰੀਕੇ ਦਾ ਹਰਟਿੰਗ ਹਰਟਿੰਗ ਸੈਂਟੀਮੈਂਟਸ ਦਾ ਜਾਂ ਕਿਸੇ ਤਰੀਕੇ ਦਾ ਇਦਾਂ ਦਾ ਡਿਸਪਲੇ ਨਾ ਹੋਣ ਜਿਹਦੇ ਕਰਕੇ ਕਿਸੇ ਦੇ ਸੈਂਟੀਮੈਂਟਸ ਹਰਟ ਹੁੰਦੇ ਜਾਂ ਕਿਸੇ ਲਾਅ ਦੀ ਵਾਇਲੇਸ਼ਨ ਹੁੰਦੀ ਹੈਗੀ ਇਸ ਦੇ ਨਾਲ ਹੀ ਨਾਲ ਜੋ ਵੀ ਡਿਸਪਲੇ ਕਰਨਾ ਹੈ ਕੋਈ ਵੋਲੰਟਰੀਲੀ ਕਰਨਾ ਚਾਹੁੰਦਾ ਤਾਂ ਉਹਦਾ ਡਿਸਕਲੋਜ਼ਰ ਕੀਤਾ ਜਾਣ ਤਾਂ ਕਿ ਐਕਸਪੈਂਡੀਚਰ ਬੁੱਕ ਹੋ ਸਕਣ ਫੇਅਰ ਪ੍ਰੈਕਟਿਸਿਸ ਸਾਰੇ ਅਮਲ 'ਚ ਲਾਣ ਜਿਹੜੇ ਪੋਲੀਟੀਕਲ ਪਾਰਟੀਜ਼ ਹੈਗੇ ਸਾਡੇ ਸੈਲਸ ਹੈਗੇ ਫੋਰ ਅਪਰੂਵਲਸ ਜਿਸ ਤਰੀਕੇ ਦੀ ਵੀ ਚਾਹੀਦੀ ਹੈਗੀ ਕੋਈ ਅਪਰੂਵਲ ਚਾਹੀਦੀ ਹੈ ਐਸ ਪਰ ਰੂਲਸ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਜਿਹੜੀ ਲਾਊਡ ਸਪੀਕਰਸ ਹੋ ਗਏ ਵਹੀਕਲਸ ਹੋ ਗਏ ਮੋਟਰ ਵਹੀਕਲ ਐਕਟ ਦੀ ਪਾਲਣਾ ਕੀਤੀ ਜਾਣ ਕਿਉਂਕਿ ਇਹਦੇ 'ਚ ਤੁਹਾਡੀ ਵੀ ਸੇਫਟੀ ਹੈ ਤੇ ਬਾਕੀ ਲੋਕਾਂ ਦੀ ਆਪਨੇ ਤੁਹਾਨੂੰ ਹੁਣੇ ਪਹਿਲਾਂ ਬਰੀਫ ਕੀਤਾ ਹੈਗਾ ਕਿ ਮਾਡਲ ਕੋਡ ਆਫ ਕੰਡਕਟ ਜਿਹੜਾ ਹੈਗਾ ਉਹ ਲਾਗੂ ਹੋ ਚੁੱਕਿਆ ਹੈਗਾ ਤੇ ਸਾਰੇ ਲੋਕਾਂ ਨੂੰ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਮੇਰੀ ਬੇਨਤੀ ਹੈਗੀ ਹੈ ਕਿ ਉਹਦੀ ਪੂਰੀ ਤਰੀਕੇ ਨਾਲ ਪਾਲਣਾ ਕੀਤੀ ਜਾਵੇ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਅਸੀਂ ਚਾਹੁੰਦੀ ਹੈਗੀ ਉਹ ਡਿਫੇਸਮੈਂਟ ਜਿਹੜਾ ਹੈਗਾ ਪਬਲਿਕ ਪ੍ਰਾਪਰਟੀ ਦਾ ਪ੍ਰਾਈਵੇਟ ਪ੍ਰਾਪਰਟੀ ਦਾ ਉਸ ਚੀਜ਼ ਦਾ ਖਾਸ ਖਿਆਲ ਕੀਤਾ ਜਾਵੇ ਸੈਕੰਡ ਜਿਹੜਾ ਹੈਗਾ ਵੈਪਨ ਜਿਨ੍ਹਾਂ ਦੇ ਕੋਲ ਹੈਗੇ ਨੇ ਲਾਇਸੈਂਸ ਧਾਰਕ ਹੈਗੇ ਨੇ ਉਹ ਆਪਣੇ ਵੈਪਨਸ ਨੂੰ ਡਿਪੋਜ਼ਿਟ ਕਰਾਉਣ ਥਾਣਿਆਂ ਵਿੱਚ ਵੀ ਕੰਸਰਨ ਥਾਣਿਆਂ 'ਚ ਫ੍ਰੀ ਆਫ ਕਾਸਟ ਜਮ੍ਹਾਂ ਕਰਾ ਸਕਦੇ ਹੈਗੇ ਨੇ ਇਸ ਤੋਂ ਇਲਾਵਾ ਉਹ ਆਪਣੀ ਇੱਛਾ ਦੀ ਜਿਹੜਾ ਗਨ ਹੋ ਸਕੇ ਉੱਥੇ ਵੀ ਜਮ੍ਹਾਂ ਕਰਾ ਕੇ ਸਾਨੂੰ ਰਸੀਦ ਜਿਹੜੀ ਹੈਗੀ ਹੈ ਉਹ ਦੇ ਸਕਦੇ ਨੇ ਦੇ ਵਾਸਤੇ ਹਫ਼ਤੇ ਦਾ ਟਾਈਮ ਜਿਹੜਾ ਹੈਗਾ ਉਹ ਨਿਰਧਾਰਿਤ ਕੀਤਾ ਗਿਆ ਹੈਗਾ ਇਸ ਤੋਂ ਇਲਾਵਾ ਜਿਹੜਾ ਆਪਣੇ ਜ਼ਿਲ੍ਹੇ ਵਿੱਚ ਇੱਕ ਸਾਨੂੰ ITBP ਦੀ ਕੰਪਨੀ ਮਿਲੀ ਹੋਈ ਹੈ ਜਿਹਦਾ ਆਪਾਂ ਇਸਤੇਮਾਲ ਨਾਕੇਬੰਦੀ ਵਾਸਤੇ ਫਲੈਗ ਮਾਰਚਸ ਵਾਸਤੇ ਔਰ ਸਰਚਸ ਵਾਸਤੇ ਕਰ ਰਹੇ ਹੈਗੇ ਹਾਂ ਅੱਗੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਹੋਰ ਫੋਰਸ ਮੁਹੱਈਆ ਹੋਏਗੀ ਜਿਹਦਾ ਆਪਾਂ ਇਸਤੇਮਾਲ ਜਿਹੜਾ ਹੈਗਾ ਕੌਨਫੀਡੈਂਸ ਬਿਲਡਿੰਗ ਮਿਜ਼ਰਸ ਵਾਸਤੇ ਕਰਦੇ ਰਹਾਂਗੇ ਤੇ ਜਿਵੇਂ ਪਹਿਲਾਂ ਵੀ ਮੈਂ ਕਿਹਾ ਹੈਗਾ DC ਸਾਹਿਬ ਨੇ ਵੀ ਕਿਹਾ ਹੈਗਾ ਕਿ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਤੋਂ ਆਪਾਂ ਬਚੀਏ ਕੋਈ ਵੀ ਗੱਲ ਤੁਹਾਡੇ ਜ਼ਹਿਨ ਵਿੱਚ ਆਉਂਦੀ ਹੈ ਜਾਂ ਪਬਲਿਕ ਦੇ ਜ਼ਹਿਨ ਵਿੱਚ ਆਉਂਦੀ ਹੈਗੀ ਹੈ ਉਹ ਪਹਿਲਾਂ ਸਾਡੇ ਕੋਲੋਂ ਵੈਰੀਫਾਈ ਕਰ ਲੈਣ ਸਾਡੇ ਆਪਣੇ ਟੋਲ ਫ੍ਰੀ ਨੰਬਰਸ ਵੀ ਹੈਗੇ ਨੇ ਅਸੀਂ ਵੀ ਲਗਾਤਾਰ 24/7 ਮੌਜੂਦ ਹੈਗੇ ਹਾਂ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਉਹਦੇ ਤੇ ਐਕਸ਼ਨ ਜਾਂ ਉਹਨੂੰ ਅੱਗੇ ਫਾਰਵਰਡ ਕਰਨ ਦਾ ਕੀਤਾ ਜਾਵੇ ਔਰ ਇਹ ਵੀ ਦੱਸਿਆ ਜਾਵੇ ਕਿ ਅਗਰ ਕੋਈ ਇਨਫੋਰਮੇਸ਼ਨ ਗਲਤ ਪ੍ਰੋਸੀਡ ਹੋ ਰਹੀ ਹੈ ਤਾਂ ਕਿੱਥੋਂ ਹੋ ਰਹੀ ਹੈ ਤਾਂ ਜੋ ਆਪਾਂ ਬਣਦੀ ਕਾਨੂੰਨੀ ਕਾਰਵਾਈ ਉਹ ਕਰਾ ਸਕੀਏ ਤੇ ਇੱਕ ਜਿਹੜਾ ਹੈਗਾ ਮਾਡਲ ਕੋਡ ਆਫ ਕੰਡਕਟ ਦੇ ਵਾਸਤੇ 144 ਦਾ ਆਰਡਰ ਵੀ DC ਸਾਹਿਬ ਵੱਲੋਂ ਕੀਤਾ ਗਿਆ ਉਹਦੇ 'ਚ ਕਾਫੀ ਕੰਪ੍ਰੀਹੈਂਸਿਵਲੀ ਸਾਰੇ ਪੁਆਇੰਟਸ ਨੂੰ ਕਵਰ ਕੀਤਾ ਗਿਆ ਉਹਨੂੰ ਤੁਸੀਂ ਵੀ ਪੜ੍ਹ ਲਓ ਲੋਕਾਂ ਨੂੰ ਵੀ ਆਪਣੇ ਜਿਹੜਾ ਹੈਗਾ ਮੀਡੀਆ ਚੈਨਲਸ ਰਾਹੀਂ ਤੁਸੀਂ ਦੱਸੋ ਔਰ ਇੱਕ ਜਿਹੜਾ ਆਪਣਾ ਇਲੈਕਸ਼ਨੀਅਰਿੰਗ ਦੇ ਟਾਈਮ ਤੇ ਕਾਫੀ ਸਾਨੂੰ ਜਿਹੜੀ ਐਪਲੀਕੇਸ਼ਨਸ ਮਿਲਦੀਆਂ ਹੈਗੀਆਂ ਨੇ ਚਾਹੇ ਉਹ ਰੈਲੀ ਕਰਨ ਸੰਬੰਧੀ ਹੋਵੇ ਚਾਹੇ ਉਹ ਹੈਲੀਪੈਡ ਦੇ ਵਾਸਤੇ ਹੋਵੇ ਹੋਰ ਵੀ ਡਿਫਰੈਂਟ ਟਾਈਪ ਦੀਆਂ ਸਾਡੇ ਕੋਲ ਐਪਲੀਕੇਸ਼ਨ ਆਉਂਦੀਆਂ ਉਹਦੇ ਵਾਸਤੇ ਇੱਕ ਸੈੱਲ ਵੱਖਰੇ ਤੌਰ ਤੇ ਬਣਾਇਆ ਗਿਆ ਤਾਂ ਜੋ ਉਹਨੂੰ ਜਲਦੀ ਤੋਂ ਜਲਦੀ ਟਾਈਮ ਬਾਉਂਡ ਮੈਨਰ ਵਿੱਚ ਜਿਹੜਾ ਹੈਗਾ ਉਹਨੂੰ ਆਪਣਾ ਪੂਰਾ ਕੀਤਾ ਜਾ ਸਕੇ ਬਣਦੀ ਸੁਵਿਧਾ ਹੈਗੀ ਹੈ ਉਹ ਸੁਵਿਧਾ ਲੋਕਾਂ ਤੱਕ ਪਹੁੰਚਾਈ ਜਾ ਸਕੇ ਆਪਣਾ ਜਿਹੜਾ ਜਨਰਲ ਇਲੈਕਸ਼ਨ ਹੈਗਾ ਦੁਨੀਆ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਤਿਉਹਾਰ ਹੈਗਾ ਆਪਾਂ ਸਾਰੇ ਰਲ ਮਿਲ ਕੇ ਚੰਗੀ ਤਰੀਕੇ ਦੇ ਨਾਲ ਇਹਨੂੰ ਮਨਾਈਏ ਔਰ ਆਪਸ ਵਿੱਚ ਇੱਕ ਦੂਜੇ ਦੇ ਨਾਲ ਬੈਰ ਨਾ ਕਰਕੇ ਔਰ ਇੱਕ ਸਾਂਝੇ ਹੋ ਕਰਕੇ ਮਨਾਈਏ ਦੇਖੋ ਜੀ ਲਗਾਤਾਰ ਜਿਹੜਾ ਆਪਣਾ ਕੰਫੀਡੈਂਸ ਬਿਲਡਿੰਗ ਮੈਜ਼ਰਸ ਹੈਗੇ ਨੇ ਉਹ ਚੱਲ ਰਹੇ ਨੇ ਸਾਡੇ ਕੋਲ ਇੱਕ ITBP ਦੀ ਕੰਪਨੀ ਆ ਚੁੱਕੀ ਹੈਗੀ ਹੈ ਔਰ ਉਹਨਾਂ ਦਾ ਇਸਤੇਮਾਲ ਕਰਦੇ ਹੋਏ ਆਪਾਂ 2 ਇੰਟਰ ਸਟੇਟ ਨਾਕੇ ਲਗਾਏ ਹੋਏ ਨੇ ਔਰ 4 ਵੱਖਰੇ ਨਾਕੇ ਸਾਡੇ ਵੱਖਰੇ ਵੱਖਰੇ ਇਲਾਕਿਆਂ 'ਚ ਚੱਲ ਰਹੇ ਹੈਗੇ ਨੇ ਟੋਟਲ 18 ਸਾਡੇ ਇੰਟਰ ਸਟੇਟ ਨਾਕੇ ਪਲਾਨਡ ਹੈਗੇ ਨੇ ਜਿਹੜੇ ਕਿ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਫੋਰਸ ਸਾਡੇ ਕੋਲ ਮੁਹੱਈਆ ਹੁੰਦੀ ਜਾਏਗੀ
उस आप बताते जावा जो वैपन 140 का ऑर्डर है गाइडलाइन के तहत बनाई गई है अर्जी अपनी दे सकते हैं वी विल वेरीफाई इट अगर बढ़ता होगा तो उन्होंने जरूर एग्जेम्प्शन दी।